ECR ਪਾਸਪੋਰਟ non-ECR ਪਾਸਪੋਰਟ ਇਹ ਕੀ ਗੱਲ ਹੈ ਦੋਨੋਂ ਦੇਖਣ 'ਚ ਤਾਂ ਇੱਕੋ ਜਿਹੇ ਨੇ ਫਿਰ ਇਹਨਾਂ 'ਚ ਫਰਕ ਕੀ ਹੈ ਕਿ ਤੁਹਾਨੂੰ ਪਤਾ ਹੈ ਦੋ ਕੈਟਾਗਰੀ ਕਿਸ ਤਰ੍ਹਾਂ ਦੀ ਕੈਟਾਗਰੀਜ਼ ਨੇ ਪਾਸਪੋਰਟ ਦੇ ਵਿੱਚ ਕਿ ਤੁਹਾਨੂੰ ਜੇ ਨਹੀਂ ਪਤਾ ਤਾਂ ਤੁਹਾਨੂੰ ਮੈਂ ਅੱਜ ਇਹ ਇਸ ਬਾਰੇ ਪੂਰੀ ਡਿਟੇਲ ਵਿੱਚ ਦੱਸਣਾ ਚਾਹਾਂਗਾ ECR ਅਤੇ non-ECR ਦੋ ਕੈਟਾਗਰੀਜ਼ ਨੇ ਜੋ ਕਿ 2007 ਅਕਤੂਬਰ 1 ਦੇ ਵਿੱਚ ਗੌਰਮੈਂਟ ਆਫ ਇੰਡੀਆ ਨੇ ਬਣਾਈ ਸੀਗੀਆਂ ਗੌਰਮੈਂਟ ਆਫ ਇੰਡੀਆ ਨੇ ਇਹ ਬਣਾਏ ਸੀ ਦੋ ਕੈਟਾਗਰੀਜ਼ ਇਮੀਗ੍ਰੈਂਟਸ ਜੋ ਹੁੰਦੇ ਨੇ ਜੋ ਕਿ ਵਰਕਿੰਗ ਵੀਜ਼ਾ 'ਤੇ ਜਾਂਦੇ ਨੇ ਬਾਹਰ ਕੁਝ ਸਿਲੈਕਟਿਵ ਕੰਟਰੀਜ਼ ਲਾਈਕ ਕੁਵੈਤ ਈਰਾਨ ਦੁਬਈ ਜਾਂ ਸ਼੍ਰੀਲੰਕਾ ਜਾਂ ਫਿਰ ਥਾਈਲੈਂਡ ਇਸ ਤਰ੍ਹਾਂ ਦੀ ਕੁਛ ਈਸਟ ਮਿਡਲ ਕੰਟਰੀਜ਼ ਦੇ ਵਿੱਚ ਜਾਂਦੇ ਨੇ ਵਰਕਿੰਗ ਵੀਜ਼ਾ 'ਤੇ ਤਾਂ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਬਣਾਈ ਸੀਗੀ ਤਾਂ ਕਿ ਉਹਨਾਂ ਦੀ ਉੱਥੇ ਸੇਫਟੀ ਦਾ ਖਿਆਲ ਰੱਖਿਆ ਜਾ ਸਕੇ ਹੁਣ ਇਹ ਦੋ ਕੈਟਾਗਰੀ ਕਿਸ ਤਰ੍ਹਾਂ ਦੀ ਕੈਟਾਗਰੀਜ਼ ਨੇ ਅਤੇ ਇਹਨਾਂ ਦੀ ਫੁੱਲ ਫਾਰਮ ਕੀ ਹੈ ECR ਅਤੇ non-ECR ਦੀ ਫੁੱਲ ਫਾਰਮ ਕੀ ਹੈ ECR ਦੀ ਫੁੱਲ ਫਾਰਮ ਹੈਗੀ ਹੈ ਇਮੀਗ੍ਰੇਸ਼ਨ ਚੈੱਕ ਰਿਕੁਆਇਰਮੈਂਟ ਔਰ non-ECR ਯਾਨੀ ਕਿ ECNR ਇਹਨੂੰ ECNR ਵੀ ਕਹਿੰਦੇ ਨੇ ਇਹਦੀ ਫੁੱਲ ਫਾਰਮ ਕੀ ਹੈ ਨੋਟ ਇਮੀਗ੍ਰੇਸ਼ਨ ਚੈੱਕ ਰਿਕੁਆਇਰਮੈਂਟ ਜਾਂ ਫਿਰ ਇਮੀਗ੍ਰੇਸ਼ਨ ਚੈੱਕ ਨੋਟ ਰਿਕੁਆਇਰਡ ਠੀਕ ਹੈ ਇਹ ਦੋਹਾਂ ਦੀ ਫੁੱਲ ਫਾਰਮ ਹੈ ਇਹਨਾਂ ਵਿੱਚ ਫਰਕ ਕੀ ਹੈ ਅਤੇ ਕਿਵੇਂ ਪਤਾ ਲੱਗਦਾ ਵੀ ECR ਪਾਸਪੋਰਟ ਹੈ ਜਾਂ non-ECR ਪਾਸਪੋਰਟ ਹੈ ਇਹ ਤੁਹਾਨੂੰ ਕਿਵੇਂ ਪਤਾ ਲੱਗੇਗਾ ਇਸ ਨੂੰ ਮੈਂ ਦੱਸਦਾ ECR ਪਾਸਪੋਰਟ ਉਸ ਤਰ੍ਹਾਂ ਦੇ ਪਾਸਪੋਰਟ ਆ ਜਾਂਦੇ ਨੇ ਜਦੋਂ ਤੁਸੀਂ ਪਾਸਪੋਰਟ ਅਪਲਾਈ ਕਰਦੇ ਹੋ ਤਾਂ ਉਹਦੇ ਵਿੱਚ ਸਪੈਸ਼ਲੀ ਪੁੱਛਿਆ ਜਾਂਦਾ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਹਨਾ ਤੁਹਾਡੀ ਕੁਆਲੀਫਿਕੇਸ਼ਨ ਦੇ ਵਿੱਚ ਜੇ ਤੁਸੀਂ 10th ਤੋਂ ਘੱਟ ਫਿਲ ਕਰਦੇ ਹੋ ਵੀ ਤੁਹਾਡੀ ਕੁਆਲੀਫਿਕੇਸ਼ਨ 10th ਤੋਂ ਘੱਟ ਹੁੰਦੀ ਹੈ ਤਾਂ ਤੁਹਾਡਾ ਪਾਸਪੋਰਟ ECR ਕੈਟਾਗਰੀ ਦੇ ਵਿੱਚ ਆ ਜਾਂਦਾ ਜੇ ਤੁਹਾਡੀ ਕੁਆਲੀਫਿਕੇਸ਼ਨ 10th ਹੈ ਜਾਂ 10th ਤੋਂ ਉੱਪਰ ਹੈ ਤਾਂ ਤੁਹਾਡਾ ਪਾਸਪੋਰਟ non-ECR ਕੈਟਾਗਰੀ ਦੇ ਵਿੱਚ ਆ ਜਾਂਦਾ ਅਤੇ ਇਹਦਾ ਫਰਕ ਕੀ ਹੈ ਇਹਦੇ ਵਿੱਚ ਕਿਵੇਂ ਪਤਾ ਲੱਗੂਗਾ ਇਸ ਨੂੰ ਮੈਂ ਦੱਸਾਂ ਜਦੋਂ ਕੋਈ ਇਹ ਇਸ ਕੈਟਾਗਰੀ 2 ਇਸ ਲਈ ਬਣਾਈ ਗਈ ਸੀ ਜਦੋਂ ਇਹ ਆਪਣੇ ਕੁਛ ਇੱਥੇ ਦੇ ਲੋਕ ਨਾ ਵਰਕਿੰਗ ਵੀਜ਼ਾ 'ਤੇ ਜਾਂਦੇ ਨੇ ਤਾਂ ਉਹਨਾਂ ਦੀ ਇਮੀਗ੍ਰੇਸ਼ਨ 'ਤੇ ਵਿੱਚ ਸਾਰੀ ਡਿਟੇਲ ਮੈਂਸ਼ਨ ਜਦੋਂ ਇਮੀਗ੍ਰੇਸ਼ਨ ਚੈੱਕ ਰਿਕੁਆਇਰਮੈਂਟ ਹੁੰਦੀ ਉੱਥੇ ਵਿੱਚ ਮੈਂਸ਼ਨ ਹੁੰਦਾ ਤੁਹਾਡਾ ਇੰਪਲੋਇਰ ਕਿਹੜੇ ਨੇ ਜਿੱਥੇ ਤੁਸੀਂ ਵਰਕ ਕਰਨ ਜਾ ਰਹੇ ਹੋ ਅਤੇ ਰਹਿ ਕਿੱਥੇ ਰਹੇ ਹੋ ਉਹਦੇ ਇਮੀਗ੍ਰੇਸ਼ਨ ਦੇ ਸਾਰੇ ਲੋਅ ਯਾਨੀ ਕਿ ਤੁਸੀਂ ਉਹ ਕੰਟਰੀ ਦੇ ਵਿੱਚ ਕਿਉਂਕਿ ਉੱਥੇ ਹਰ ਕੰਟਰੀ ਦੇ ਲੋਅ ਅਲੱਗ ਹੁੰਦੇ ਨੇ ਕਿ ਉੱਥੇ ਕਾਨੂੰਨ ਅਲੱਗ ਹੁੰਦੇ ਨੇ ਤਾਂ ਉੱਥੇ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਕਿਉਂਕਿ ਉਹ ਅਨਸਕਿਲਡ ਕੁਛ ਅਨਐਜੂਕੇਟਡ ਲੋਕ ਉੱਥੇ ਜਦੋਂ ਜਾਂਦੇ ਨੇ ਤਾਂ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਇਹ ਕਾਨੂੰਨ ਇਹ ਕੈਟਾਗਰੀ ਰੱਖੀ ਗਈ ਸੀ ਤਾਂ ਕਿ ਉਹਨਾਂ ਦੇ ਇਮੀਗ੍ਰੇਸ਼ਨ 'ਤੇ ਸਾਰਾ ਕੁਝ ਡਿਟੇਲ ਉਹਨਾਂ ਦੀ ਹੋਵੇ ਵੀ ਜਾ ਕੇ ਹੋ ਰਹੇ ਨੇ ਪਰ ਤੁਹਾਨੂੰ ਹੋਰ ਦੱਸਾਂ ਜਾਂਦਾ ਜਦੋਂ ਤੁਸੀਂ ਕੋਈ ਵੀ ਚਾਹੇ non-ECR ਹੈ ਜਾਂ ECR ਹੈ ਉਹ ਟਰੈਵਲਿੰਗ ਵੀਜ਼ਾ 'ਤੇ ਟਰੈਵਲ ਕਿਤੇ ਵੀ ਕੰਟਰੀ 'ਚ ਕਰਦੇ ਨੇ ਤਾਂ ਉਹਨਾਂ ਨੂੰ ਇਹ 'ਚ ਇਮੀਗ੍ਰੇਸ਼ਨ ਚੈੱਕ ਰਿਕੁਆਇਰਮੈਂਟ ਦੀ ਲੋੜ ਨਹੀਂ ਪੈਂਦੀ ਇਹ ਸਿਰਫ ਵਰਕਿੰਗ ਵਾਸਤੇ ਹੈ ਜੋ ਕਿ ਵਰਕ ਵੀਜ਼ਾ 'ਤੇ ਜਾਂਦੇ ਨੇ ਅਤੇ ਤੁਹਾਨੂੰ ਪਤਾ ਕਿਵੇਂ ਲੱਗੂਗਾ ਤੁਹਾਡਾ ਪਾਸਪੋਰਟ ECR ਹੈ ਜਾਂ non-ECR ਹੈ ਕੀ 'ਤੇ ਲਿਖਿਆ ਹੋਇਆ ਕੁਛ ਜੀ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ECR ਕੈਟਾਗਰੀ ਦੇ ਜੋ ਪਾਸਪੋਰਟ ਹੁੰਦੇ ਨੇ ਉਹਦੇ ਅੰਦਰ ਇੱਕ ਸਟਾਂਪ ਲੱਗੀ ਹੁੰਦੀ ਹੈ ਉਸਨੂੰ ਮੈਂ ਫੋਟੋ ਇੱਥੇ ਮੈਂਸ਼ਨ ਕਰਦਾ ਹੋਵਾਂਗਾ ਉਹ ਸਟਾਂਪ 'ਤੇ ਲਿਖਿਆ ਹੁੰਦਾ ਕਿ ਤੁਹਾਡਾ ਪਾਸਪੋਰਟ ECR ਕੈਟਾਗਰੀ ਦੇ ਵਿੱਚ ਹੈ ਅਤੇ ਜਿਹੜੇ non-ECR ਕੈਟਾਗਰੀ ਦੇ ਪਾਸਪੋਰਟ ਹੁੰਦੇ ਆ ਉਹਨਾਂ 'ਤੇ ਕੁਛ ਵੀ ਨਹੀਂ ਲਿਖਿਆ ਹੁੰਦਾ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਉਹਨਾਂ 'ਤੇ ਕੋਈ ਸਟਾਂਪ ਨਹੀਂ ਹੁੰਦੀ ਉਹ ਸਿਰਫ ਨੋਰਮਲ ਹੀ ਹੁੰਦੇ ਨੇ ਸਿਰਫ ECR ਕੈਟਾਗਰੀ ਦੇ ਪਾਸਪੋਰਟ 'ਤੇ ਪ੍ਰਿੰਟ ਹੁੰਦਾ ਸਟਾਂਪ ਠੀਕ ਹੈ ਅਤੇ ਅੱਜ ਇਹ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਸੀ ਜਦੋਂ ਵੀ ਹੁਣ ਤੁਸੀਂ ਕਦੇ ਪਾਸਪੋਰਟ ਅਪਲਾਈ ਕਰੋਗੇ ਤਾਂ ਇਸ ਚੀਜ਼ ਦਾ ਬਹੁਤ ਖਿਆਲ ਰੱਖਣਾ ਹੈ ਕਿ ਤੁਸੀਂ ਆਪਣੀ ਕੁਆਲੀਫਿਕੇਸ਼ਨ ਸਹੀ ਤਰੀਕੇ ਨਾਲ ਪੜ੍ਹੋ ਕਿਉਂਕਿ ਇੱਕ ਵਾਰ ਇਹ ਤੁਸੀਂ ਜੋ ਵੀ ਫਿਲ ਕਰਤੇ ਇਹ ਅੱਗੇ ਜਾ ਕੇ ਚੇਂਜ ਨਹੀਂ ਹੁੰਦਾ ਠੀਕ ਹੈ ਸਰ ਓਕੇ ਬਾਏ ਟੇਕ ਕੇਅਰ